ਤਾਲਕਰੀ ਅੰਮ੍ਰਿਤਸਰ ਦੇ ਵਿੱਚ ਦਿਨੇ ਦਹਾੜੇ ਜਿਹੜੀ ਵਾਰਦਾਤ ਹੋ ਗਈ ਹੈ ਜੀ ਗੈਂਗਸਟਰ ਸੀ ਨਾਮੀ ਉਹਦੇ ਗੋਲੀਆਂ ਲੱਗੀਆਂ ਤੇ ਕਤਲ ਹੋ ਗਿਆ ਜੀ ਕਹਿੰਦੇ ਤੇ ਕੋਈ ਐਡਾ ਕੋਈ ਵੱਡਾ ਉਹ ਗੈਂਗਸਟਰ ਤੇ ਨਹੀਂ ਹੈ ਚਲੋ ਇਹ ਹੁੰਦਾ ਕਿ ਗਰੋ ਬਾਜ਼ੀ ਚ ਜਿਨ੍ਹਾਂ ਦਾ ਨਾਂ ਜੁੜਿਆ ਹੁੰਦਾ ਹੈ ਜੀ ਜਾਂ ਜਿਨ੍ਹਾਂ ਤੇ ਮੁਕੱਦਮੇ ਚੱਲਦੇ ਆ ਪਾ ਦਿੱਤੇ ਜਾਂਦੇ ਆ ਅੱਜਕੱਲ ਕੀ ਹੈ ਕਿ ਇਹ ਸ਼ਬਦ ਜਿਹੜਾ ਬਹੁਤ ਜ਼ਿਆਦਾ ਚੱਲਣ ਦੇ ਵਿੱਚ ਚਲਾਇਆ ਹੋਇਆ ਮੀਡੀਆ ਨੇ ਗੈਂਗਸਟਰ ਤੇ ਜੇ ਕੋਈ ਉਹਨਾਂ ਦਾ ਰਿਸ਼ਤੇਦਾਰ ਹੁੰਦਾ ਉਹਨੂੰ ਵੀ ਗੈਂਗਸਟਰ ਜੇ ਕੋਈ ਉਹਨਾਂ ਦਾ ਗਾ ਦੋਸਤ ਹੁੰਦਾ ਉਹ ਵੀ ਗੈਂਗਸਟਰ ਜੇ ਕੋਈ ਉਹਨਾਂ ਦਾ ਕਰਿੰਦਾ ਹੁੰਦਾ ਉਹ ਵੀ ਗੈਂਗਸਟਰ ਤੇ ਇਸ ਤਰ੍ਹਾਂ ਹੀ ਆ ਸਾਰਾ ਕੁਝ ਜਿਹੜਾ ਚੱਲੀ ਜਾਂਦਾ ਹੁਣ ਐਡਾ ਵੱਡਾ ਤੇ ਆਪਾਂ ਤਾਂ ਕਦੇ ਨਾ ਸੁਣਿਆ ਨਹੀਂ ਸੀਗਾ ਤੇ ਨਾਲੇ ਉਹ ਤੇ ਬਾਹਰ ਫਿਰਦਾ ਸੀ ਜਮਾਨਤਾ ਵਗੈਰਾ ਹੋਈਆਂ ਹੋਣਗੀਆਂ ਤਾਂ ਇਹਨੂੰ ਗੋਲੀਆਂ ਮਾਰੀਆਂ ਗਈਆਂ ਵੱਡੀ ਗੱਲ ਇਹ ਆ ਸਠਿਆਲਾ ਪਿੰਡ ਆ ਅੰਮ੍ਰਿਤਸਰ ਦੇ ਵਿੱਚ ਤੇ ਉਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਇਹਨੂੰ ਸ਼ੂਟ ਕੀਤਾ ਗਿਆ ਤੇ ਹਿਸਾਬ ਲਾ ਲਓ ਕਿ 24 25 ਗੋਲੀਆਂ ਜਿਹੜੀਆਂ ਉਹ ਨਕਾਬਪੋਸ਼ਾ ਨੇ ਚਲਾਈਆਂ ਇਹਨੂੰ ਭੁੰਨ ਕੇ ਤਸੱਲੀ ਕਰਾ ਕੇ 10 15 ਮਿੰਟਾਂ ਚ ਫੇਰ ਗਏ ਨੇ ਪਰ ਤੁਸੀਂ ਹਿਸਾਬ ਲਾ ਲਓ ਕਿ ਅ ਅੱਜ ਕੱਲ੍ਹ ਘਰਾਂ 'ਚ ਵੀ ਲੋਕ ਸੁਰੱਖਿਤ ਨਹੀਂ ਦੁਕਾਨਾਂ ਤੇ ਵੀ ਹਮਲੇ ਇਹ ਸਾਰਾ ਕੁਝ ਜਿਹੜਾ ਚੱਲਣ ਡਿਆ ਉਸ ਤੋਂ ਬਾਅਦ ਹੁਣ ਇਹ ਸੂਚਨਾ ਆ ਰਹੀ ਸੀਗੀ ਖਬਰ ਆ ਰਹੀ ਸੀਗੀ ਕਿ ਬੰਦੇ ਤੇ ਇਹਨਾਂ ਨੇ ਆਈਡੈਂਟੀਫਾਈਡ ਕਰ ਲਏ ਨੇ ਪਰ ਹਾਲੇ ਵੀ ਉਹ ਜਿਹੜੇ ਬੰਦੇ ਪਛਾਣੇ ਆ ਗ੍ਰਿਫਤਾਰੀ ਤੋਂ ਦੂਰ ਆ ਦੇਖਣਾ ਹੈ ਕਿ ਕਦੋਂ ਗ੍ਰਿਫਤਾਰੀ ਹੁੰਦੀ ਆ ਪਰ ਮਾਝੇ ਦੇ ਵਿੱਚ ਵੀ ਇਹ ਜਿਹੜਾ ਮਾਲਵੇ ਚੋਂ ਜ਼ਿਆਦਾ ਚੱਲਿਆ ਗੈਂਗਿਸਮ ਵਾਲਾ ਕੰਮ ਇਹ ਗਰੋਹ ਬਾਜ਼ੀ ਵਾਲਾ ਕੰਮ ਜਿਹੜਾ ਚੱਲਿਆ ਹੁਣ ਇਹਨੇ ਮਾਝਾ ਵੀ ਵਲੇਟ ਲਿਆ ਹੈ ਮਾਲਵਾ ਤੇ ਪਹਿਲਾਂ ਹੀ ਸੀਗਾ ਤੇ ਕੁਝ ਹੱਦ ਤੱਕ ਤੇ ਹੁਣ ਦਵਾਬਾ ਵੀ ਇਸ ਵਲੇਟੇ ਚ ਆ ਗਿਆ ਤਾਂ ਇਹ ਪ੍ਰੋਬਲਮ ਜਿਹੜੀ ਆ ਉਹ ਸਾਰੇ ਪੰਜਾਬ ਦੀ ਬਣ ਗਈ ਆ ਕਿ ਪਤਾ ਨਹੀਂ ਕਿਹੜੇ ਬੰਦੇ ਇਹਨਾਂ ਨੇ ਆਪੋ ਵਿੱਚ ਦੀ ਦੇ ਕੇ ਇੱਕ ਦੂਜੇ ਨੂੰ ਮਾਰ ਦੇਣਾ ਜਾਂ ਤੁਰੇ ਜਾਂਦੇ ਕਿਸੇ ਬੰਦੇ ਦੀ ਪੁੜਪੜੀ ਇਹਨਾਂ ਨੇ ਖੋਲ ਦੇਨੀ ਆ ਕੋਈ ਕੁਝ ਨਹੀਂ ਕਹਿ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਤੇ ਹੁਣ ਇੱਥੇ ਤੁਸੀਂ ਹਿਸਾਬ ਲਾ ਲਓ ਕਿ ਆ ਕੰਪਨੀਆਂ ਨੇ ਜੀ ਆ ਸੁਰੱਖਿਆ ਵਧਾ ਦਿੱਤੀ ਹੈ ਜੀ ਫਲੈਗ ਮਾਰਚ ਹੁੰਦੇ ਆ ਪਰ ਜਦੋਂ ਆਉਂਦੇ ਨੇ ਆਰਾਮ ਨਾਲ ਉਹ ਆਪਣੇ ਜੋ ਵੀ ਨਕੋਲ ਹੁੰਦੇ ਕੱਟੇ ਵਛੇ ਜੋ ਵੀ ਪਿਸਤੌਲਾ ਹੁੰਦੀਆਂ ਕੱਢ ਕੇ ਤੇ ਉਹ ਮਾਰ ਕੇ ਤੁਰ ਜਾਂਦੇ ਨੇ ਹਾਲ ਕਰੀ ਅੰਮ੍ਰਿਤਸਰ ਦੇ ਵਿੱਚ ਦਿਨੇ ਦਹਾੜੇ ਜਿਹੜੀ ਵਾਰਦਾਤ ਹੋ ਗਈ ਹੈ ਜੀ ਗੈਂਗਸਟਰ ਸੀ ਨਾਮੀ ਉਹਦੇ ਗੋਲੀਆਂ ਲੱਗੀਆਂ ਤੇ ਕਤਲ ਹੋ ਗਿਆ ਜੀ ਕਹਿੰਦੇ ਦੇਖੋ ਐਡਾ ਕੋਈ ਵੱਡਾ ਉਹ ਗੈਂਗਸਟਰ ਤੇ ਨਹੀਂ ਐ ਚਲੋ ਇਹ ਹੁੰਦਾ ਕਿ ਗਰੋਬਾਜ਼ੀ ਚ ਜਿਨ੍ਹਾਂ ਦਾ ਨਾਂ ਜੁੜਿਆ ਹੁੰਦਾ ਜੀ ਜਾਂ ਜਿਨ੍ਹਾਂ ਤੇ ਮੁਕੱਦਮੇ ਚੱਲਦੇ ਆ ਪਾ ਦਿੱਤੇ ਜਾਂਦੇ ਆ ਅੱਜ ਕੱਲ ਕੀ ਐ ਕਿ ਇਹ ਸ਼ਬਦ ਜਿਹੜਾ ਬਹੁਤ ਜ਼ਿਆਦਾ ਚੱਲਣ ਦੇ ਵਿੱਚ ਚਲਾਇਆ ਹੋਇਆ ਮੀਡੀਆ ਨੇ ਗੈਂਗਸਟਰ ਤੇ ਜੇ ਕੋਈ ਉਹਨਾਂ ਦਾ ਰਿਸ਼ਤੇਦਾਰ ਹੁੰਦਾ ਉਹਨੂੰ ਵੀ ਗੈਂਗਸਟਰ ਜੇ ਕੋਈ ਉਹਨਾਂ ਦਾ ਗਾ ਦੋਸਤ ਹੁੰਦਾ ਉਹ ਵੀ ਗੈਂਗਸਟਰ ਜੇ ਕੋਈ ਉਹਨਾਂ ਦਾ ਕਰਿੰਦਾ ਹੁੰਦਾ ਉਹ ਵੀ ਗੈਂਗਸਟਰ ਤੋ ਇਸ ਤਰ੍ਹਾਂ ਹੀ ਹੈ ਸਾਰਾ ਕੁਝ ਜਿਹੜਾ ਚੱਲੀ ਜਾਂਦਾ ਹੈ ਹੁਣ ਐਡਾ ਵੱਡਾ ਤਾਂ ਆਪਾਂ ਤਾਂ ਕਦੇ ਨਾ ਸੁਣਿਆ ਨਹੀਂ ਸੀਗਾ ਤੇ ਨਾਲੇ ਉਹ ਤੇ ਬਾਹਰ ਫਿਰਦਾ ਸੀਗਾ ਜ਼ਮਾਨਤਾ ਵਗੈਰਾ ਹੋਈਆਂ ਹੋਣਗੀਆਂ ਤਾਂ ਇਹਨੂੰ ਗੋਲੀਆਂ ਮਾਰੀਆਂ ਗਈਆਂ ਵੱਡੀ ਗੱਲ ਇਹ ਆ ਸਠਿਆਲਾ ਪਿੰਡ ਆ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਇਹਨੂੰ ਸ਼ੂਟ ਕੀਤਾ ਗਿਆ ਤੇ ਹਿਸਾਬ ਲਾ ਲਓ ਕਿ 24-25 ਗੋਲੀਆਂ ਜਿਹੜੀਆਂ ਉਹ ਨਕਾਬਪੋਸ਼ਾ ਨੇ ਚਲਾਈਆਂ ਇਨੁਪੁੰਨ ਕੇ ਤਸल्ली ਕਰਾ ਕੇ 10-15 ਮਿੰਟਾਂ ਚ ਫਿਰ ਗਏ ਨੇ। ਜੀ। ਪਰ ਤੁਸੀਂ ਹਿਸਾਬ ਲਾ ਲਓ ਕਿ ਅ ਅੱਜ ਕੱਲ੍ਹ ਘਰਾਂ 'ਚ ਵੀ ਲੋਕ ਸੁਰੱਖਿਤ ਨਹੀਂ, ਦੁਕਾਨਾਂ 'ਤੇ ਵੀ ਹਮਲੇ, ਇਹ ਸਾਰਾ ਕੁਝ ਜਿਹੜਾ ਚੱਲਣ ਡਿਆ। ਉਸ ਤੋਂ ਬਾਅਦ ਹੁਣ ਇਹ ਸੂਚਨਾ ਆ ਰਹੀ ਸੀਗੀ, ਖਬਰ ਆ ਰਹੀ ਸੀਗੀ ਕਿ ਬੰਦੇ ਤੇ ਇਹਨਾਂ ਨੇ ਆਈਡੈਂਟੀਫਾਈਡ ਕਰ ਲਏ ਨੇ ਪਰ ਹਾਲੇ ਵੀ ਉਹ ਜਿਹੜੇ ਬੰਦੇ ਪਛਾਣੇ ਆ ਗ੍ਰਿਫਤਾਰੀ ਤੋਂ ਦੂਰ ਆ। ਦੇਖਣਾ ਹੋਏਗਾ ਕਦੋਂ ਗ੍ਰਿਫਤਾਰੀ ਹੁੰਦੀ ਆ ਪਰ ਮਾਝੇ ਦੇ ਵਿੱਚ ਵੀ ਇਹ ਜਿਹੜਾ ਮਾਲਵੇ ਚੋ ਜ਼ਿਆਦਾ ਚੱਲਿਆ ਗੈਂਗਿਸਮ ਵਾਲਾ ਕੰਮ ਇਹ ਗਰੋਬਾਜ਼ੀ ਵਾਲਾ ਕੰਮ ਜਿਹੜਾ ਚੱਲਿਆ ਹੁਣ ਇਹਨੇ ਮਾਝਾ ਵੀ ਵਲੇਟ ਲਿਆ ਮਾਲਵਾ ਤੇ ਪਹਿਲਾਂ ਹੀ ਸੀਗਾ ਤੇ ਕੁਝ ਹੱਦ ਤੱਕ ਤੇ ਹੁਣ ਦਵਾਬਾ ਵੀ ਇਸ ਵਲੇਟੇ ਚ ਆ ਗਿਆ ਤਾਂ ਇਹ ਪ੍ਰੋਬਲਮ ਜਿਹੜੀ ਆ ਉਹ ਸਾਰੇ ਪੰਜਾਬ ਦੀ ਬਣ ਗਈ ਆ ਕਿ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਆਪੋ ਵਿੱਚ ਦੀ ਡਹਿ ਕੇ ਇੱਕ ਦੂਜੇ ਨੂੰ ਮਾਰ ਦੇਣਾ ਜਾਂ ਤੁਰੇ ਜਾਂਦੇ ਕਿਸੇ ਬੰਦੇ ਦੀ ਪੁੜਪੜੀ ਇਹਨਾਂ ਨੇ ਖੋਲ ਦੇਨੀ ਆ ਕੋਈ ਕੁਝ ਨਹੀਂ ਕਹਿ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਤੇ ਹੁਣ ਇੱਥੇ ਤੁਸੀਂ ਹਿਸਾਬ ਲਾ ਲਓ ਕਿ ਆ ਕੰਪਨੀਆਂ ਨੇ ਜੀ ਆ ਸੁਰੱਖਿਆ ਵਧਾ ਦਿੱਤੀ ਹੈ ਜੀ 플ੈਗ ਮਾਰਚ ਹੁੰਦੇ ਆ ਪਰ ਜਦੋਂ ਆਉਂਦੇ ਨੇ ਆਰਾਮ ਨਾਲ ਉਹ ਆਪਣੇ ਜੋ ਵੀ ਇਹਨਾਂ ਕੋਲ ਹੁੰਦੇ ਕੱਟੇ ਬੱਛੇ ਜੋ ਵੀ ਪਿਸਤੌਲਾ ਹੁੰਦੀਆਂ ਕੱਢ ਕੇ ਤੇ ਉਹ ਮਾਰ ਕੇ ਤੁਰ ਜਾਂਦੇ ਨੇ